ਐਦੀ ਪੂਛ ਨੂੰ ਕਿਉਂ ਅੱਗ ਲੱਗੀ ਹੈ ਓ ਭਰਾਵਾ ਕਿਤੇ ਤੁਰਦਾ ਤੁਰਦਾ ਚੰਡੀਗੜ੍ਹ ਹੀ ਨਾ ਪਹੁੰਚ ਜਾਈ ਬਹਿ ਜਾ ਤੇ ਦੱਸ ਗੱਲ ਕੀ ਹੋਈ ਆ ਧੋਖਾ ਹੋਇਆ ਮੇਰੇ ਨਾਲ ਇਹਨੇ ਮੇਰੇ ਨਾਲ ਧੋਖਾ ਕੀਤਾ ਸਿਮਰਨ ਤੂੰ ਦੱਸਿਆ ਨਹੀਂ ਤੇਰਾ ਕਿਸੇ ਹੋਰ ਮੁੰਡੇ ਨਾਲ ਚੱਕਰ ਹੈ ਪੜਾ ਚਿਪਸ ਇੱਧਰ ਦੁਰ ਫਿੜੇ ਮੂੰਹ ਤੇਰਾ ਸਾਲੇ ਆਲੂ ਖਾ ਖਾ ਕੇ ਦਿਮਾਗ ਵੀ ਆਲੂ ਵਰਗਾ ਹੋ ਗਿਆ ਤੇਰਾ ਓਏ ਉਹ ਧੋਖਾ ਨਹੀਂ ਤੇ ਫਿਰ ਕਿਹੜਾ ਧੋਖਾ ਹੋਇਆ ਇਹਨੇ ਮੈਨੂੰ ਕਿਹਾ ਸੀ ਇਹਦਾ ਪਿਓ ਬਹੁਤ ਇੰਟੈਲੀਜੈਂਟ ਹੈ ਬਹੁਤ ਵੱਡਾ ਬੰਦਾ ਸਾਲਾ ਮੈਂਟਲੀ ਅਫਸਰ ਨਿਕਲਿਆ ਸਿਮਰਨ ਤੂੰ ਦੱਸਿਆ ਨਹੀਂ ਤੇਰਾ ਪਿਓ ਪਾਗਲ ਹੈ ਪੜਾ ਚਿਪਸ ਇੱਧਰ ਕੀ ਮੇਰੇ ਪਾਪਾ ਨੂੰ ਪਾਗਲ ਪਾਗਲ ਕਹੀ ਜਾ ਰਹੇ ਹੋ ਤਮੀਜ਼ ਨਾਲ ਗੱਲ ਕਰੋ ਪਾਗਲ ਹੀ ਹੈ ਸਾਲਾ ਕੱਲੇ ਖਾਲੀ ਸਵਿਮਿੰਗ ਪੂਲ 'ਚ ਬਾਲਟੀ ਰੱਖ ਕੇ ਨਹਾਉਣ ਡਿਆ ਸੀ ਦੇਖ ਦੇਖ ਰਾਜ ਇਹੋ ਜਿਹੇ ਬੰਦਿਆਂ ਨੂੰ ਪਾਗਲ ਨਹੀਂ ਕਹੀਦਾ ਮੂਡੀ ਹੁੰਦੇ ਆ ਸਾਲੇ ਦੇ ਪਿਓ ਨੇ ਸ਼ਰਤਾਂ ਇੰਨੀਆਂ ਅਜੀਬ ਰੱਖਤੀਆਂ ਸ਼ਰਤਾਂ ਹਾਂ ਕਿਹੜੀਆਂ ਸ਼ਰਤਾਂ ਇਹਦਾ ਪਿਓ ਕਹਿੰਦਾ ਪਹਿਲਾਂ ਇਹਦੀਆਂ ਦੋਵੇਂ ਵੱਡੀਆਂ ਭੈਣਾਂ ਦਾ ਵਿਆਹ ਕਰਾ ਫਿਰ ਤੇਰਾ ਸਿਮਰਨ ਨਾਲ ਵਿਆਹ ਕਰੂੰਗਾ ਉਹ ਯਾਰ ਮੈਂ ਜੰਮੀਆਂ ਆ ਰਾਜ ਇਹ ਗੱਲ ਹੈ ਨਾ ਤੇ ਸਾਡਾ ਵਿਆਹ ਨਹੀਂ ਹੋ ਸਕਦਾ ਮੇਰੀ ਭੈਣਾਂ ਦੀਆਂ ਸ਼ਰਤਾਂ ਬੜੀਆਂ ਖਤਰਨਾਕ ਹੈ ਮੇਰੀ ਜਿਹੜੀ ਛੋਟੀ ਦੀਦੀ ਹੈ ਨਾ ਸਰਗੀ ਉਹਨਾਂ ਨੂੰ ਨਾ ਪੁਰਾਣੀ ਪੰਜਾਬੀ ਫਿਲਮਾਂ ਵਰਗਾ ਹੀਰੋ ਚਾਹੀਦਾ ਜਿਹਦੇ ਇੱਕ ਹੱਥ 'ਚ ਗੰਡਾ ਸਾ ਹੋਏ ਤੇ ਡੱਬ 'ਚ ਪਿਸਤੌਲ ਸੁਖਦੀ ਵੀ ਉਹਨਾਂ ਨੂੰ ਇੰਪ੍ਰੈਸ ਕਰਨਾ ਬੜਾ ਮੁਸ਼ਕਿਲ ਹੈ ਉਹਨਾਂ ਨੂੰ ਤੇ ਸ਼ਾਦੀ ਨਾਮ ਤੋਂ ਹੀ ਨਫ਼ਰਤ ਹੈਗੀ ਉਹਨਾਂ ਨੂੰ ਨਾ ਲੱਗਦਾ ਹੈ ਕਿ ਘਰ ਵਾਲੇ ਤੋਂ ਕੁੱਤਾ ਪਾਲਣਾ ਜ਼ਿਆਦਾ ਚੰਗਾ ਹੈ ਕੁੱਤੇ ਨੇ ਵਿਆਹ ਦਿੰਦੇ ਆ ਵਿਆਹ ਤੋਂ ਬਾਅਦ ਉਦੋਂ ਹੀ ਬੰਦਾ ਕੁੱਤਾ ਹੀ ਹੋ ਜਾਂਦਾ ਰਾਜ ਵੀ ਸੀਰੀਅਸ ਮੈਂ ਸੀਰੀਅਸ 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 ਬਈ ਸੀਰੀਅਸ ਸਾਡੇ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਮੈਰਿਜ ਬਿਊਰੋ ਖੁੱਲਿਆ ਜਿਹਦਾ ਨਾਮ ਹੈ ਮੈਰਿਜ ਦਾ ਗੈਰੇਜ ਉਹਨਾਂ ਨੇ ਵੱਡੇ ਵੱਡੇ ਰਿਸ਼ਤੇ ਕਰਵਾਤੇ ਉਹ ਮੇਰੀ ਮਾਸੀ ਦੀ ਕੁੜੀ ਹੈ ਨਾ ਮੋਟੀ ਮੱਝ ਓਏ ਉਹਦੇ ਲਈ ਮੁੰਡਾ ਲੱਭਣ ਦੀ ਗਾਰੰਟੀ ਦੇ ਸਕਦੇ ਆ ਤੇ ਇਹਦੀਆਂ ਦੋ ਬਾਂਦਰੀਆਂ ਲਈ ਕਿਉਂ ਨਹੀਂ ਲੱਭਣਗੇ ਮੇਰਾ ਮਤਲਬ ਇਹਦੀਆਂ ਦੋ ਭੈਣਾਂ ਲਈ ਕਿਉਂ ਨਹੀਂ ਲੱਭਣਗੇ ਲੱਭਣਗੇ ਪੱਕਾ ਲੱਭਣਗੇ ਚੱਲ ਫੇ ਇਦਾਂ ਕਰਦੇ ਆ ਆਪਾਂ ਅੱਜ ਉੱਥੇ ਚੱਲਦੇ ਆ ਤੇ ਇਹਨਾਂ ਦੇ ਰਿਸ਼ਤੇ ਪੱਕੇ ਕਰਾ ਕੇ ਵੈਰੀ ਗੁੱਡ ਚੱਲ ਚੱਲੀਏ ਲੈ ਦੇਈ ਫੇਰ 20,000 ਰੁਪਈਆ 20,000 ਯਾਰ ਪੀਸਾਂ ਪੂਸਾਂ ਲੱਗਦੀਆਂ ਫ੍ਰੀ ਥੋੜੀ ਵਿਆਹ ਹੁੰਦੇ ਆ ਆ 500 ਵੀ ਫੜਾ ਦੇ ਤੇਲ ਤੂੰ ਵੀ ਭਰਾਉਣਾ ਹੁੰਦਾ ਨਾ ਰਾਜ ਮੈਨੂੰ ਇਦਾਂ ਕਿਉਂ ਲੱਗਦਾ ਮੈਂ ਕਿਸੇ ਮੰਗਤੇ ਨਾਲ ਪਿਆਰ ਕੀਤਾ ਤੂੰ ਅੱਜ ਤੱਕ ਮੈਨੂੰ ਕੁਝ ਖਰੀਦ ਕੇ ਦਿੱਤਾ ਜਾਨੀ ਖਰੀਦਣ ਨੂੰ ਤੇ ਅਸੀਂ ਸਾਰਾ ਸ਼ਹਿਰ ਖਰੀਦ ਲਈਏ ਪਰ ਕਦੀ ਤੇਰੇ ਵਾਂਗੂ ਸ਼ੋਅ ਆਫ ਨਹੀਂ ਕੀਤਾ ਕਿੱਦਾਂ ਦਾ ਲੱਗਾ ਬਹੁਤ ਘਟਿਆ ਉਹ ਪਾਵੇ ਗੱਡੀ ਰੋਕ ਗੱਡੀ ਰੋਕ ਆ ਦੇਖ ਮੈਂ ਫੋਨ ਦੇ ਵਿੱਚ ਇੱਕ ਨਵਾਂ ਸਿਸਟਮ ਫਿੱਟ ਕਰਾ ਕੇ ਲੈ ਕੇ ਆਇਆ ਕਿਹੜਾ ਜਦੋਂ ਕੋਈ ਵਿਆਹ ਸ਼ਾਦੀ ਦੀ ਕਾਲ ਆਇਆ ਕਰੂਗੀ ਨਾ ਤਾਂ ਆਟੋਮੈਟਿਕਲੀ ਕੁੜੀ ਸਭ ਤੋਂ ਪਹਿਲਾਂ ਆ ਬੋਲਿਆ ਕਰੂਗੀ ਸੁਣ ਵੈਲਕਮ ਟੂ ਮੈਰਿਜ ਦਾ ਗੈਰੇਜ ਥੈਂਕ ਯੂ ਨਏ ਰਿਸ਼ਤੇ ਕੇ ਲਈ ਇੱਕ ਦਬਾਏ ਸ਼ਾਦੀ ਕੇ ਲਈ ਦੋ ਦਬਾਏ ਅਗਰ ਆਪ ਦੁਬਾਰਾ ਸ਼ਾਦੀ ਕਰਨਾ ਚਾਹਤੇ ਹੈ ਤੋ ਆਪਣੀ ਪਹਿਲੀ ਬੀਵੀ ਕਾ ਗਲਾ ਦਬਾਏ ਇਕੜਾ ਪਿਓ ਵਾਲਾ ਸਿਸਟਮ ਫਿੱਟ ਕਰਾ ਕੇ ਆਇਆ ਯਾਰ ਇਹ ਚ ਮੇਰਾ ਕੀ ਕਸੂਰ ਆ ਮੈਂ ਤਾਂ ਇਹ ਕਹਿ ਕੇ ਆਇਆ ਸੀ ਕਿ ਮੰਗਣੀ ਕੇ ਲਈ ਇੱਕ ਦਬਾਏ ਸ਼ਾਦੀ ਕੇ ਲਈ ਦੋ ਦਬਾਏ ਔਰ ਦੁਬਾਰਾ ਸ਼ਾਦੀ ਕਰਨੇ ਕੇ ਲਈ ਪਹਿਲੀ ਬੀਵੀ ਕਾ ਗ ਗ ਗ ਗ ਜ਼ਹਿਰ ਕੋ ਓ ਨਹੀਂ ਯਾਰ ਗ ਗ ਆਗ ਲਗਾਏ ਓ ਨਹੀਂ ਯਾਰ ਪਹਿਲੀ ਬੀਵੀ ਕਾ ਡੈਥ ਸਰਟੀਫਿਕੇਟ ਦਿਖਾਏ ਮੈਨੂੰ ਕੀ ਪਤਾ ਉਹਨੇ ਆਪਣੀ ਮਰਜ਼ੀ ਨਾਲ ਇਹ ਭਰਤਾ ਤੇਰੇ ਸਿਸਟਮ ਨਾਲ ਫਾਰੇ ਕਸਟਮਰ ਭੱਜ ਜਾਣੇ ਓ ਯਾਰ ਕਸਟਮਰ ਨਹੀਂ ਹੁੰਦਾ ਕਸਟਮਰ ਹੁੰਦਾ ਫੌਰੀ ਫੌਰੀ ਲੈ ਦੋ ਗਾਹਕ ਤਾਂ ਆ ਵੀ ਗਏ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਕਿੱਦਾਂ ਦੀਆਂ ਕੁੜੀਆਂ ਚਾਹੀਦੀਆਂ ਐਕਚੁਅਲੀ ਸਾਨੂੰ ਕੁੜੀਆਂ ਨਹੀਂ ਜੀ ਬਲਕਿ ਦੋ ਸੋਹਣੇ ਸੋਹਣੇ ਮੁੰਡੇ ਚਾਹੀਦੇ ਆ ਇਹ ਤਾਂ ਦੋਸਤਾਨਾ ਫਿਲਮ ਵਾਲਾ ਕੰਮ ਸ਼ੁਰੂ ਹੋ ਗਿਆ ਹੁਣ ਕੀ ਕਰੀਏ ਕਰਨਾ ਕੀ ਆ ਲੱਗਦਾ ਬਾਹਰਲੇ ਮੁਲਕਾਂ ਦੀ ਬਿਮਾਰੀ ਇੰਡੀਆ ਵਿੱਚ ਵੀ ਲੀਗਲ ਹੋ ਗਈ ਹੁਣ ਜਾ ਕੇ ਕਿਤੇ ਵਿਚਾਰੇ ਮੁਕੇਸ਼ ਦੀ ਕਦਰ ਪਈ ਆ ਆਦਮੀ ਹੂੰ ਆਦਮੀ ਸੇ ਪਿਆਰ ਕਰਤਾ ਹੂੰ ਉਸਤਾਦ ਜੀ ਅੱਜ ਦਾ ਰੂਲ ਹੈ ਮੁੰਡਾ ਮੁੰਡੇ ਨਾਲ ਵਿਆਹ ਕਰਾ ਸਕਦਾ ਸਮਝ ਗਿਆ ਸਮਝ ਗਿਆ ਅੱਛਾ ਐ ਦੱਸੋ ਇਹ ਕੰਮ ਤੁਸੀਂ ਫੋਕ ਨਾਲ ਕਰ ਰਹੇ ਹੋ ਕਿ ਮਜਬੂਰੀ ਚ ਉਹ ਨਾ ਜੀ ਨਾ ਇੱਦਾਂ ਦਾ ਕੰਮ ਸ਼ੌਂਕਲੀ ਕੌਣ ਕਰਦਾ ਐਕਚੁਅਲੀ ਸਾਡੀ ਇੱਕ ਮਜਬੂਰੀ ਹੈ ਜੀ ਮੈਂ ਤਾਂ ਸੁਣਿਆ ਇਹ ਕੰਮ ਲੋਕੀ ਸ਼ੌਕ ਦੇ ਪੱਟੇ ਕਰਦੇ ਆ ਖੈਰ ਅਸੀਂ ਕੀ ਲੈਣਾ ਅੱਜ ਸਾਨੂੰ ਤਾਂ ਸਿਰਫ ਤੁਸੀਂ ਇੰਨਾ ਕੇ ਦੱਸ ਦਿਓ ਆ ਬਈ ਇਹੀ ਜੀ ਕਿਹੜੀ ਮਜਬੂਰੀ ਸੀ ਜਿਹਦੇ ਕਰਕੇ ਤੁਹਾਨੂੰ ਇੱਕ ਕੁੱਤਾ ਕੰਮ ਕਰਨਾ ਪੈ ਰਿਹਾ ਵੇਖੋ ਜੀ ਕੰਮ ਭਾਵੇਂ ਕੁੱਤਾ ਤੇ ਭਾਵੇਂ ਲੁੱਚਾ ਅਸਲੀਅਤ ਇਹੀ ਹੈ ਜੇ ਮੁੰਡੇ ਨਾ ਨਾ ਲੱਭੇ ਤੇ ਵਿਆਹ ਨਹੀਂ ਜੇ ਹੋਣਾ ਚਲੋ ਰਿਫਤੇ ਤਾਂ ਅਸੀਂ ਲੱਭ ਦਾਂਗੇ ਪਰ ਘੋੜੀ ਤੇ ਕੌਣ ਬੈਠੂਗਾ ਲੈ ਯਾਰ ਜਿਹੜੇ ਮੁੰਡੇ ਤੁਸੀਂ ਲੱਭੋਗੇ ਉਹੀ ਘੋੜੀ ਤੇ ਚੜਨਗੇ ਯੈਸ ਤੇ ਤੁਸੀਂ ਡੋਲੀ 'ਚ ਬੈਠੋਗੇ ਅਸੀਂ ਡੋਲੀ 'ਚ ਕਿਉਂ ਬੈਠਾਂਗੇ ਡੋਲੀ 'ਚ ਕੁੜੀਆਂ ਬੈਠਣਗੀਆਂ ਤੇ ਤੁਸੀਂ ਕਿੱਥੇ ਬੈਠੋਗੇ ਅਸੀਂ ਬਹਿਣਾ ਕਿੱਥੇ ਆ ਅਸੀਂ ਭੰਗੜੇ ਪਾਵਾਂਗੇ ਦੇਖੋ ਸਾਨੂੰ ਕਨਫਿਊਜ਼ ਨਾ ਕਰੋ ਸਾਡੇ ਬੋਣੀ ਦਾ ਟਾਈਮ ਕਦੇ ਕਹੀ ਜਾਂਦੇ ਹੋ ਘੋੜੀ ਤੇ ਮੁੰਡੇ ਚੜਨਗੇ
असी भंगड़े पावांगे ते जिहड़ियां कुड़ियां डोली च बैठणगियां उसी पल्लियों पाउणगियां। ओह कुड़ियां हुण कित्थों आईयां? ओ यारो मेरिया सालियां आईयां जिन्हां लई तुसीं दो मुंडे लभणे आ। दर फिटे मूंह खोतिया पहाड़ ते निकलिया च च च हाथी ओ नहीं जा च च फेर ओ नहीं जा बांदरी। तू चाहे चिड़िया कर दे सारे जानवर कणा दे पर तेरे मोटे दिमाग च साला चूहा नहीं आउणा। आ गया हुण आया। देखो भाजी आपस दे विच बाद दे विचो लड़ लईओ, पहलो राज दा केस सुलझाओ। हां भी काका तू दस खोल के तेरा की केस आ दस नेड़े आओ। ठीक है राज तू टेंशन ना ले, बीफी नाल जाके फीफ जमा करा, अफी आप ही समझा लांगे तेरे फौरे नू। फौरे नू नहीं हुंदा सौरे नू हुंदा। फौरी यार तू ये सारे सेंटेंस क्यों बोलता जिदे चेहरे सारे सस्से आउंदे आ। अगेन फौरी। हाय रब्बा।